ਗਿੱਦੜਵਾਹਾ ਪਿੰਡ ਦੀ ਭਲਾਈਆਣਾ ਵਿਖੇ ਸ਼ਰਾਬ ਦੇ ਠੇਕੇਦਾਰਾਂ ਦੇ ਕਰਿੰਦਿਆਂ ਦੀ ਗੁੰਡਾਗਰਦੀ ਦੇ ਵਿਰੁੱਧ ਅੱਜ ਪਿੰਡ ਵਾਸੀਆਂ ਨੇ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਕੇ ਬੱਸ ਸਟੈਂਡ ਦੇ ਨੇੜੇ ਸੰਕੇਤਕ ਰੂਪ ਦੇ ਵਿੱਚ ਧਰਨਾ ਦਿੱਤਾ ਅਤੇ ਠੇਕੇਦਾਰਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਹੈ। ਇਸ ਸਬੰਧੀ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਪਿੰਡ ਦੇ ਸਰਪੰਚ ਗੁਰਜੰਟ ਸਿੰਘ, ਸਾਬਕਾ ਚੇਅਰਮੈਨ ਗੁਰਚਰਨ ਸਿੰਘ ਸੰਧੂ ਅਤੇ ਬੀਕੇਯੂ ਏਕਤਾ ਦੇ ਆਗੂ ਸਰਦੂਲ ਸਿੰਘ ਨੇ ਦੱਸਿਆ ਕਿ ਸ਼ਰਾਬ ਠੇਕੇਦਾਰਾਂ ਦੇ ਕਰਿੰਦੇ ਪਿੰਡ ਦੀਆਂ ਗਲੀਆਂ ਦੇ ਵਿੱਚ ਹਥਿਆਰਾਂ ਅਤੇ ਗੱਡੀਆਂ ਲੈ ਕੇ ਦਹਿਸ਼ਤ ਪਾਉਂਦੇ ਰਹਿੰਦੇ ਨੇ ਅਤੇ ਬਿਨਾਂ ਕਿਸੇ ਪੁਲਿਸ ਮੁਲਾਜ਼ਮ ਜਾਂ ਫਿਰ ਪਿੰਡ ਦੇ ਕਿਸੇ ਜ਼ਿੰਮੇਵਾਰ ਵਿਅਕਤੀ ਦੇ ਘਰਾਂ ਦੇ ਵਿੱਚ ਦਾਖਲ ਹੋ ਕੇ ਤਲਾਸ਼ੀ ਵੀ ਕਰਦੇ ਨੇ। ਪਿੰਡ ਵਾਸੀਆਂ ਨੇ ਦੱਸਿਆ ਕਿ ਕਰਿੰਦੇ ਆਪਣੀਆਂ ਗੱਡੀਆਂ ਦੇ ਵਿੱਚ ਹਰਿਆਣਵੀ ਸ਼ਰਾਬ ਦੀਆਂ ਪੇਟੀਆਂ ਰੱਖਦੇ ਨੇ ਅਤੇ ਤਲਾਸ਼ੀ ਦਾ ਵਿਰੋਧ ਕਰਨ ਦੇ ਉੱਤੇ ਝੂਠਾ ਕੇਸ ਪਵਾਉਣ ਦੀਆਂ ਧਮਕੀਆਂ ਵੀ ਦਿੰਦੇ ਨੇ। ਉਨ੍ਹਾਂ ਦੋਸ਼ ਲਗਾਇਆ ਕਿ ਠੇਕੇਦਾਰਾਂ ਦੇ ਕਰਿੰਦੇ ਖੇਤੋਂ ਪੱਠੇ ਲੈ ਕੇ ਆਉਂਦੀਆਂ ਔਰਤਾਂ ਦੀ ਤਲਾਸ਼ੀ ਕਰਦੇ ਨੇ। ਉਨ੍ਹਾਂ ਦੱਸਿਆ ਕਿ ਬੀਤੇ ਕੱਲ ਵੀ ਕਰਿੰਦਿਆਂ ਨੇ ਗੁੰਡਾਗਰਦੀ ਕਰਦਿਆਂ ਹਰਜੀਤ ਸਿੰਘ ਜੀਤੂ ਪੁੱਤਰ ਦਰਸ਼ਨ ਸਿੰਘ ਭਲਾਈਆਣਾ ਦੇ ਨਾਲ ਕੁੱਟਮਾਰ ਕੀਤੀ ਹੈ, ਜੋ ਕਿ ਮੁੱਢਲਾ ਸਿਹਤ ਕੇਂਦਰ ਦੋਦਾ ਵਿਖੇ ਜ਼ੇਰੇ ਇਲਾਜ ਹੈ। ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਠੇਕੇਦਾਰਾਂ ਦੇ ਕਰਿੰਦਿਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਅਤੇ ਇਨ੍ਹਾਂ ਦੀ ਗੁੰਡਾਗਰਦੀ ਦੇ ਉੱਤੇ ਨੱਥ ਪਾਈ ਜਾਵੇ। ਭਲਾਈਆਣਾ ਦਾ ਕੋਈ ਮਾਮਲਾ ਨਹੀਂ ਜੀ, ਉਹ ਸ਼ਰਾਬ ਵੇਚਣ ਦਾ ਆਦੀ ਹੈ, ਨਜਾਇਜ਼ ਸ਼ਰਾਬ ਵੇਚਦਾ ਹਰਿਆਣੇ ਤੋਂ ਲੈ ਕੇ, ਉਹਨੂੰ ਦੋ ਤਿੰਨ ਵਾਰੀ ਫੜਿਆ ਵੀ ਹੈ, ਮੁਕੱਦਮਾ ਵੀ ਉੱਥੇ ਦਰਜ ਹੈ ਥਾਣੇ 'ਚ। ਠੀਕ ਹੈ ਜੀ, ਬਸ ਉਹਨੂੰ ਇਹ ਵੀ ਮੈਨੂੰ ਫੜਨਾ ਨਜਾਇਜ਼ ਸ਼ਰਾਬ ਮੈਂ ਵੇਚਾਂ। ਨਹੀਂ ਜੀ, ਸਾਡੇ ਕੋਲ ਗੁੰਡਾਗਰਦੀ ਕਰਨ ਦਾ ਕਿੱਥੋਂ ਟਾਈਮ ਆ ਗਿਆ ਜੀ? ਅਸੀਂ ਤਾਂ ਜਦੋਂ ਕੋਈ ਸਾਨੂੰ ਇਨਫੋਰਮੇਸ਼ਨ ਆਉਂਦੀ ਸੀ, ਪੁਲਿਸ ਨੂੰ ਇਨਫੋਰਮੇਸ਼ਨ ਦੇ ਦਿੰਦੇ, ਉਹੀ ਫੜ ਕੇ ਲਿਆਏ ਆ। ਦੋ ਵਾਰੀ ਇੱਕ ਵਾਰੀ ਦੋਦਾ ਚੌਂਕੀਆਂ ਨੇ ਫੜਿਆ ਜੀ, ਇੱਕ ਵਾਰੀ ਕੋਟ ਭਾਈ ਥਾਣੇ ਵਾਲੇ ਨੇ ਫੜਿਆ ਜੀ। ਮੁਕੱਦਮਾ ਦਰਜ ਹੈ, ਤੁਸੀਂ ਰਿਕਾਰਡ ਲੈ ਲਓ ਥਾਣੇ 'ਚ। ਹਾਂਜੀ, ਤੁਹਾਡਾ ਕੀ ਨਾਂ ਜੀ? ਹਰਜੀਤ ਸਿੰਘ ਜੀ। ਪਿੰਡ? ਭਲਾਈਆਣਾ। ਅੱਛਾ, ਕੀ ਮਾਮਲਾ ਕੀ ਸੀ ਜੀ? ਅਸੀਂ ਖੇਤੋਂ ਆਉਂਦੇ ਸੀ ਉਦੋਂ। ਅੱਛਾ ਜੀ। ਖੇਤੋਂ ਆਉਂਦੇ ਸੀ ਆਪਦੇ, ਇਹਨਾਂ ਨੇ ਦੋ ਗੱਡੀਆਂ ਮਗਰ ਮੂਹਰੇ ਲਾਈਆਂ। ਮੈਨੂੰ ਨਹੀਂ ਪਤਾ ਸੀ ਵੀ ਇਹ ਠੇਕੇਦਾਰ ਹੈ, ਅਤੇ ਜਦੋਂ ਉਹਨਾਂ ਨੇ ਗੱਡੀ ਰੋਕ ਕੇ ਮੇਰਾ ਮੋਟਰਸਾਈਕਲ ਵਿਚਾਲੇ ਲੈ ਕੇ ਗੱਡੀਆਂ ਦੋਨੇ ਰੋਕੀਆਂ ਅਤੇ ਗਰਜੀਤ ਨਿਕਲਿਆ ਬਾਹਰ, ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਠੇਕੇਦਾਰ ਹੈ। ਉਹ ਵੀ ਉਹਨੂੰ ਜਾਣਦੇ, ਸਾਡੇ ਗੁਆਂਢ ਪਿੰਡ ਦਾ ਹੀ ਉਹ। ਉਹਨਾਂ ਨੇ ਜਦੋਂ ਉੱਥੇ ਰੋਕਿਆ ਅਤੇ ਗੁਰਜੀਤ ਕੋਲ ਪਿਸਤੌਲ ਸੀ ਜੀ, ਜਿਹੜੇ ਉਹਦੇ ਨਾਲ ਚਾਰ ਪੰਜ ਗੁੰਡੇ ਰੱਖੇ ਹੋਏ ਆ, ਅੱਠ ਸੱਤ ਜਣੇ ਸਾਰੇ ਤਾਂ ਟੋਟਲ ਤਾਂ ਦੋ ਗੱਡੀਆਂ ਦੇ ਵਿੱਚ, ਅਤੇ ਉਹ ਮੈਨੂੰ ਐਂ ਨਾ ਕੁੱਟਣ ਲੱਗ ਪਏ। ਗੁਰਜੀਤ ਨੇ ਪਿਸਤੌਲ ਦੀ ਨੋਕ ਨਾਲ ਉਲਟਰ ਸ਼ਬਦ ਵੀ ਬੋਲੇ, ਮੈਂ ਜੀ ਵੀ ਕਿਹਾ ਵੀ ਪੁੰਡ ਵਿੱਚ ਦੀ ਪਿਸਤੌਲ ਕੱਢੋ, ਇਹਦੇ ਗੋਲੀ ਕੱਢੋ, ਅਤੇ ਬਹੁਤ ਗਲਤ ਜਣੀ ਬੋਲਿਆ ਉਹਨਾਂ ਅਤੇ ਗੱਡੀ ਦੇ ਵਿੱਚ ਮੈਨੂੰ ਸੁੱਟਦੇ ਸੀ ਉਹ। ਇਸੇ ਤਰ੍ਹਾਂ ਉਹ ਊਂ ਵੀ ਪਰੇਸ਼ਾਨ ਤੰਗ ਬਹੁਤ ਕਰਦੇ ਲੋਕਾਂ ਨੂੰ, ਦਾਰੂ ਵੇਚਦੇ ਤੁਸੀਂ ਉਹ ਕਰਦੇ, ਅਤੇ ਇਹ ਬੇਨਤੀ ਕੀਤੀ। ਤੁਸੀਂ ਬਚ ਕੇ ਗਏ ਗੱਡੀ 'ਚ? ਬਚ ਜੀ, ਉਹ ਸਾਡੇ ਪਿੰਡ ਦੇ ਚੌਂਕ 'ਚ ਹੀ ਸੀ ਜੀ, ਉੱਥੇ ਜਣੇ ਬਾਹਲੇ ਇਕੱਠੇ ਹੋ ਗਏ, ਤਾਂ ਵਿਚਾਲਿਆਂ ਨਹੀਂ ਸਿੱਟ ਕੇ ਲੈ ਜਾਂਦੇ ਜੀ ਗੱਡੀ 'ਚੋਂ, ਅਤੇ ਦਾਰੂ ਵੀ ਉਹਨਾਂ ਦੇ ਕੋਲ ਸੀ ਸਾਰਾ ਕੁਝ, ਪਿੰਡ ਵਾਲਿਆਂ ਨੇ ਸਾਰਿਆਂ ਨੇ ਦੇਖ ਲਿਆ ਸੀਗਾ, ਇਹ ਸਬੂਤ ਵੀ ਡੱਬੇ ਵੀ ਆਪਦੇ ਕੋਲ ਲੀਕ ਕਰਦੇ ਸੀ। ਹਾਂਜੀ, ਤੁਹਾਡਾ ਕੀ ਨਾਂ ਜੀ? ਜਗਿੰਦਰ ਸਿੰਘ। ਹਾਂਜੀ, ਕੀ ਮਾਮਲਾ ਕੀ ਹੈ ਜੀ? ਬਾਜੀ ਆ ਫੌਜੀ ਹੈ। ਠੀਕ ਹੈ ਜੀ। ਅਤੇ ਕਾਸ਼ਤਕਾਰ ਹੈ, ਮਾਲ ਬਲਾਕ ਚੁੱਕ ਮਾਲ ਚੱਲ ਰਹੇ ਆ। ਮੈਂ ਉਹਦਾ ਨਹੀਂ ਨਹੀਂ, ਮਾਮਲਾ ਕੀ ਆ ਹੁਣ ਜਿਹੜਾ ਕੱਲ੍ਹ? ਮਾਮਲਾ ਇਹ ਹੈ ਵੀ ਮੈਂ ਉਹਨੂੰ ਠੇਕੇਦਾਰ ਨੂੰ ਇਹ ਗੱਲ ਬੋਲੀ, ਮੈਂ ਕਿ ਵੀ ਡਰੈਕਟ ਧੱਕਾ ਜੀਤੂ ਨੂੰ ਬਾਹਰ ਖਿੱਚ ਲਿਆ, ਇਹਨੇ ਸਾਡੇ ਜਿੰਨਾ ਸਾਰਾ ਪਰਿਵਾਰ ਸੀ ਸਾਰੇ ਆ ਗਏ, ਹੈਂ। ਉਹਨੇ ਮੈਨੂੰ ਇਹ ਗੱਲ ਬੋਲੀ ਕਿ ਮੈਂ ਪਿਸਤੌਲ ਮਾਰੂੰਗਾ, ਮੇਰੇ ਕੋਲ ਸੋਚੀ ਮੈਂ ਪਿਸਤੌਲ, ਤੂੰ ਪਿਸਤੌਲ ਮਾਰਨ ਦੀ ਗੱਲ ਕਰ, ਮੈਂ ਚਲਾ ਕੇ ਨਾ ਵਿਖਾ, ਆਹ ਗੱਲ ਬੋਲੀ ਨਹੀਂ ਮੈਨੂੰ। ਮਾਮਲਾ ਇਹ ਜੀ, ਜੋ ਇੱਥੇ ਕੱਲ੍ਹ ਸਾਡੇ ਵਾਰਦਾਤ ਹੋਈ ਆ, ਇਹ ਉਹ ਮੁੰਡਾ ਇੱਥੇ ਇਕੱਲਾ ਖੜਾ ਸੀਗਾ,
ਜਿਹੜੇ ਕੋਈ ਦਾਰੂ ਦੂਰੂ ਵਾਲੇ ਕੋਈ ਹੋਰ ਪਤਾ ਨਹੀਂ ਕਿਤੋਂ ਆਏ ਸੀ ਕਿਤੋਂ ਨਹੀਂ, ਉਹ ਪਤਾ ਨਹੀਂ ਪਿੰਡ 'ਚ ਵੜ ਕੇ ਭੱਜ ਗਏ, ਉਹ ਮੁੰਡੇ ਨਾਲ ਨਜਾਇਜ਼ ਧੱਕਾ ਕਰਦੇ ਸੀ, ਕੁੱਟਿਆ ਉਹਨੂੰ, ਉਹ ਮੁੰਡਾ ਦਾਖਲ ਪਿਆ ਹਜੇ। ਅਤੇ ਅਸੀਂ ਸਾਰਾ ਪਿੰਡ ਇਹ ਤੋਂ ਇਨਸਾਫ਼ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਪਿੰਡ ਦੀ ਹਮਾਇਤ ਕਰੇ ਅਤੇ ਲੋਕਾਂ ਨਾਲ ਧੱਕਾ ਅਸੀਂ ਨਹੀਂ ਹੁੰਦੇ। ਬੁੜੀਆਂ ਵਾਲਾ ਕੀ ਮਾਮਲਾ ਜੀ? ਇਹ ਕਹਿੰਦੇ ਆ ਜੀ ਵੀ ਬੁੜੀਆਂ ਦੀ ਇੱਥੇ ਗੱਲ ਆਈ ਆ ਪਿੰਡ ਦੀਆਂ ਖੋਤਰੀਆਂ ਨੇ ਬੁੜੀਆਂ ਦੀ ਪੰਨਾ ਖਲਾ ਕੇ ਉਹਨੇ ਕਲਾਸੀ ਲੈਂਦੇ ਆ, ਕਲਾਸੀ ਲਈ ਆ। ਗੱਲ ਸੁਣਨ ਚ ਆਈ ਆ, ਮੈਂ ਦੇਖਿਆ ਤਾਂ ਨਹੀਂ ਪਰ ਇਹ ਗੱਲ ਸੁਣਨ ਚ ਆਈ ਆ ਇੱਥੇ ਵੀ। ਠੀਕ ਆ ਪਹਿਲੇ। ਹਾਂਜੀ ਸਰਪੰਚ ਸਾਹਿਬ, ਕੀ ਮਾਮਲਾ ਜੀ ਜਿਹੜਾ ਇਕੱਠੇ ਹੋਏ ਅੱਜ? ਕੱਲ੍ਹ ਨਾ ਜੀਤੂ ਆਉਂਦਾ ਸੀ, ਤੁਹਾਨੂੰ ਮਜ਼ਬੀ ਸਿੱਖਾਂ ਦਾ ਮੁੰਡਾ, ਹਾਂਜੀ, ਮੋਟਰਸਾਈਕਲ 'ਤੇ ਇੱਧਰੋਂ ਠੇਕੇਦਾਰ ਦੇ ਕਰਿੰਦੇ ਆ ਗਏ ਦੋ ਗੱਡੀਆਂ ਲੈ ਕੇ, ਉਹਨੂੰ ਆ ਕੇ ਗੱਡੀ 'ਚ ਸਿੱਟਦੇ ਸੀਗੇ, ਗੱਡੀ 'ਚ ਜਦੋਂ ਚੱਕ ਕੇ ਸਿੱਟਣ ਲੱਗੇ ਲੋਕ ਇਕੱਠੇ ਹੋ ਗਏ, ਫਿਰ ਇੱਕ ਕਰਿੰਦੇ ਨੇ ਪਿਸਤੌਲ ਕੱਢਿਆ, ਪਿਸਤੌਲ ਕੱਢ ਕੇ ਉਹ ਵੀ ਲੋਕਾਂ ਨੇ ਫੜ ਫੁੜ ਲਿਆ, ਫਿਰ ਜਦੋਂ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਗਏ ਤਾਂ ਉਹਨਾਂ ਨੇ ਚਾਰ ਡੱਬੇ ਸ਼ਰਾਬ ਦੇ ਖਲਿਆਰ 'ਤੇ ਵੀ ਇਹ ਸੀ ਇਹਦੇ ਕੋਲੇ, ਪਰ ਜਦੋਂ ਲੋਕਾਂ ਨੇ ਦੇਖਿਆ ਕਰਿਆ ਧੱਕੇ ਨਾਲ ਉਹਨੂੰ ਚੱਕ ਕੇ ਸ਼ਰਾਬ ਪਾਉਂਦੇ ਸੀਗੇ ਉਹਦੇ 'ਤੇ, ਪਹਿਲਾਂ ਵੀ ਇਹਨੂੰ ਲੱਗੇ ਚੋਟੀਆਂ ਤੋਂ ਚੱਕ ਕੇ, ਉਦੋਂ ਵੀ ਇਹਦੇ 'ਤੇ ਦੋ ਡੱਬੇ ਦੋ ਤਿੰਨ ਡੱਬਿਆਂ ਦਾ ਪਰਚਾ ਦਿੱਤਾ। ਇਹ ਕਰਿੰਦੇ ਆਮ ਹੀ ਪਿੰਡ 'ਚ ਵੜਦੇ ਆ ਹਰੇਕ ਘਰੇ, ਬਿਨਾਂ ਪੁਲਿਸ ਤੋਂ ਬਿਨਾਂ ਕਿਸੇ ਬੰਦੇ ਤੋਂ ਪਿੰਡ ਦੇ ਤੋਂ ਬਿਨਾਂ ਕਿਸੇ ਤੋਂ ਵੀ ਤਲਾਸੀ ਇਹ ਲੈ ਲੈਂਦੇ ਆ ਅਤੇ ਬੰਦੇ ਨੂੰ ਚੱਕ ਕੇ ਥਾਣੇ ਲੈ ਜਾਂਦੇ ਆ, ਉੱਥੇ ਫਿਰ ਜੁਰਮਾਨਾ ਵੀ ਆਪ ਦੇ ਹਿਸਾਬ ਨਾਲ ਆਪ ਕਰਦੇ ਆ। ਇਹ ਪੁਲਿਸ ਦਾ ਕੋਈ ਇਹਨਾਂ ਨਾਲ ਬੰਦਾ ਨਹੀਂ ਹੁੰਦਾ, ਨਾ ਕੋਈ ਥਾਣੇਦਾਰ, ਨਾ ਕੋਈ ਮੁਲਾਜ਼ਮ, ਇਹ ਸਿਰਾ ਸਿਰ ਧੱਕਾ ਕਰਦੇ ਆ ਇਹ ਠੇਕੇਦਾਰ। ਇਹਨਾਂ ਨੂੰ ਹੋ ਗਿਆ 6-7 ਮਹੀਨੇ, ਇਸ ਦਾ ਅਸੀਂ ਇਨਸਾਫ ਮੰਗਦੇ। ਜਿਹੜਾ ਕੱਲ੍ਹ ਬੰਦਾ ਚੱਕਦੇ ਸੀ ਉਹਦੇ ਉਹ ਹਸਪਤਾਲ ਦੋਤੇ ਦਾਖਲ ਹੈ, ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ। ਇਹ ਜੀ ਹਰਜੀਤ ਸਿੰਘ ਜੀਤਾ ਜੋ ਇਹ ਸ਼ਰਾਬ ਵੇਚਣ ਦਾ ਧੰਦਾ ਕਰਦਾ, ਪਹਿਲਾਂ ਵੀ ਇਹਦੇ 'ਤੇ 3 ਪੇਟੀਆਂ ਸ਼ਰਾਬ ਦਾ ਮੁਕੱਦਮਾ ਦਰਜ ਹੋਇਆ ਅਤੇ ਹੁਣ ਵੀ ਇਹਨਾਂ ਦਾ ਪਤਾ ਲੱਗਿਆ ਕਿ ਠੇਕੇਦਾਰ ਨਾਲ ਕੋਈ ਡਿਸਪਿਊਟ ਹੋਇਆ ਅਤੇ ਦਾਖਲ ਹੋਇਆ ਇਹ, ਉਹਦੇ ਬਾਰੇ ਜਿਹੜੀ ਹੈ ਕਾਰਵਾਈ ਤਸਦੀਕ ਕਰ ਰਹੇ ਹਾਂ ਵੀ ਕੀ ਆ ਅਸਲ ਮਾਮਲਾ, ਜੋ ਬਣਦੀ ਕਾਰਵਾਈ ਉਹ ਅਮਲ 'ਚ ਲਿਆਂਦੀ ਜਾਊਗੀ। ਕ੍ਰਿਮੀਨਲ ਟਾਈਪ ਹੈ ਇਹ, ਸ਼ਰਾਬ ਵੇਚਣ ਦਾ ਆਦੀ ਹੈ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ, ਜਗਤ ਸੇਵਕ ਵੈਬ ਟੀਵੀ।